पट्ठे खाण लगे चंगे पड़े जदों दे 45 मोढे ते रखणी ते तुरे तुरे जांदे बैणा किसान फिर लिया लिया के प्राणियां मारदा जरूर भी पट्ठे खाण नूं दो खुरलियां कल्ला ही खा गया तूं हुण हल वे के तैनूं मौत पै जांदी है ते मन वी ते इदां ही करदा घरों तुर दवा गुरद्वारे राज ठेके वड़ जांदा घरों जांदा किते होर वड़ किते होर जांदा बस ये मन बलदा ना ये बड़ा कमजोर आ इहदे वी खड्डे अगे टोए टिब्बे बहुत ज़्यादा आ पहाड़ी रस्ता वा ਇਹ ਅਰਦਾਸ ਤਾਂ ਕੀਤੀ ਵੀ ਮੇਰਾ ਮਨ ਰੂਪੀ ਬਲਦ ਜਿਹੜਾ ਲੱਦਿਆ ਹੋਇਆ ਸਮਾਨ ਨਾਲ ਲੈ ਕੇ ਟਿਕਾਣੇ ਪਹੁੰਚ ਜਾਏ ਲੈ ਕੇ ਟਿਕਾਣੇ ਪਹੁੰਚ ਜਾਏ ਆਪਾਂ ਕਿਵੇਂ ਕਹਿੰਦੇ ਖੰਡੇ ਦੀ ਪੌਲ ਬੰਦੇ ਲੈ ਲਈ ਆ ਖੰਡੇ ਦੀ ਪੌਲ ਲੈ ਕੇ ਵੀ ਕਈ ਵਾਰੀ ਬੰਦੇ ਤੁਸੀਂ ਵੇਖੇ ਹੀ ਹੋ ਜਦੋਂ ਖੰਡੇ ਦੀ ਪੌਲ ਛਕਣ ਜਾਂਦੇ ਆ ਉਹ ਕਈ ਵਾਰੀ ਦੁਬਾਰਾ ਵੀ ਲੈਣ ਆਉਂਦੇ ਆ ਉਹ ਕਈਆਂ ਦਾ ਮਨ ਰੂਪੀ ਬੈਰ ਫਿਰ ਇੱਦਾਂ ਕਹਿੰਦੇ ਆ ਕਹਿੰਦੇ ਤੂੰ ਕੋਈ ਦੁਬਾਰਾ ਛਕਣਾ ਕਹਿੰਦਾ ਉਹ ਸਾਂਢੂ ਦੇ ਮੁੰਡੇ ਦਾ ਵਿਆਹ ਸੀ ਉੱਥੇ ਚਲੇ ਗਏ ਉਹਨਾਂ ਫਿਰ ਦੋ ਤਿੰਨ ਵਾਰੀ ਮੈਨੂੰ ਕਿਹਾ ਕੀ ਕਿਹਾ ਵੀ ਪੀਲਾ ਫਿਰ ਮੇਰੇ ਕੋਲੋਂ ਖਾਲੀ ਥਾਂ ਭਰੋ ਜੀ ਫਿਰ ਮੇਰੇ ਕੋਲੋਂ ਫਿਰ ਮੇਰਾ ਮਨ ਰੂਪੀ ਬਲਦ ਜਿਹੜਾ ਸੀ ਉਹ ਡਿੱਗ ਪਿਆ ਫਿਰ ਮੈਂ ਅਗਲੇ ਦਿਨ ਕਿਰਪਾਨ ਵੀ ਲਾ ਤੀ ਫਿਰ ਮੈਂ ਕਕਾਰ ਲਾ ਤੇ ਮਨ ਬਲਦ ਢੀਠ ਆ ਨਾ ਫਿਰ ਉਹਦੇ ਵੱਲ ਵੇਖ ਕੇ ਚਾਰ ਬੰਦੇ ਹੋਰ ਕਹਿੰਦੇ ਉਹਨੇ ਵੀ ਤਾਂ ਛਕਿਆ ਹੀ ਸੀ ਅਸੀਂ ਕਰ ਲਿਆ ਅਸੀਂ ਜਦੋਂ ਵੀ ਇਗਜ਼ੈਂਪਲ ਦਿੰਦੇ ਹਾਂ ਨਾ ਹਮੇਸ਼ਾ ਹੀ ਮਾੜੇ ਬੰਦੇ ਦੀ ਦਿੰਦੇ ਹਾਂ ਆ ਟਰੈਵਲ ਏਜੰਟਾਂ ਦੇ ਕੋਲ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਜਿਹੜੇ ਫਾਰਮ ਫੂਰਮ ਭਰਦੇ ਆ ਜਿਹੜੇ ਵੀਜ਼ਾ ਲਵਾ ਕੇ ਦਿੰਦੇ ਆ ਉਹਨਾਂ ਕੋਲ ਤੁਸੀਂ ਲੋਕ ਵੇਖੋ ਕਿੰਨੇ ਵੀਜ਼ੇ ਲਵਾਉਣ ਵਾਸਤੇ ਜਾਂਦੇ ਆ ਕਿੰਨੇ ਰਿਫਿਊਜ਼ ਹੁੰਦੇ ਆ ਉਹ ਕਦੀ ਉਹਦੇ ਨਾਲ ਫੋਟੋ ਨਹੀਂ ਖਿਚਾਉਂਦੇ ਉਹ ਜਿਨ੍ਹਾਂ ਦੇ ਵੀਜ਼ੇ ਲੱਗ ਜਾਂਦੇ ਉਹਨਾਂ ਦੀਆਂ ਫੋਟੋਆਂ ਅਖਬਾਰ 'ਚ ਉਹ ਸਪੈਸ਼ਲ ਭੇਜਦੇ ਅਗਲੇ ਦਿਨ ਇੰਟਰਨੈਟ 'ਤੇ ਪਾਉਂਦੇ ਵੀ ਆਹ ਵੇਖੋ ਜੀ ਇਹਨਾਂ ਦਾ ਵੀਜ਼ਾ ਅੜਿਆ ਸੀ ਅਸੀਂ ਲਵਾ ਕੇ ਦਿੱਤਾ ਹਮੇਸ਼ਾ ਕਾਮਯਾਬੀ ਬੰਦਾ ਆਪਣੇ ਮੱਥੇ ਕਾਮਯਾਬੀ ਸਕੂਲਾਂ 'ਚ ਕਿੰਨੇ ਬੱਚੇ ਫੇਲ ਹੁੰਦੇ ਆ ਕਦੀ ਸਕੂਲ ਦੇ ਬਾਹਰ ਫੋਟੋ ਲਾਈ ਪ੍ਰਿੰਸੀਪਲ ਟੀਚਰਾਂ ਦੇ ਨਾਲ ਜਾਂ ਕਿਸੇ ਸਕੂਲ ਨੇ ਬੋਰਡ ਲਵਾਇਆ ਵੱਡਾ ਵੀ ਆਹ ਬੱਚਾ ਸਾਡੇ ਸਕੂਲ ਦਾ ਫੇਲ ਹੋਇਆ ਉਹ ਜਿੰਨੇ ਟੌਪ ਆਉਂਦੇ ਆ ਨਾ ਅੱਛਾ ਟੀਚਰ ਦਾ ਆਪਣਾ ਬੱਚਾ ਵੀ ਫੇਲ ਹੋ ਜਾਵੇ ਨਾ ਉਹ ਕਦੀ ਆਪਣੇ ਬੱਚੇ ਦੀ ਫੋਟੋ ਨਹੀਂ ਲਾਊਗਾ ਜੇ ਪੀਅਨ ਦਾ ਬੱਚਾ ਪਾਸ ਕਰ ਗਿਆ ਨਾ ਟੌਪ ਕਰ ਗਿਆ ਉਹਨੂੰ ਉਹਦੀ ਫੋਟੋ ਲਾਉਣੀ ਪੈਣੀ ਆ ਸਕੂਲ ਦੇ ਬਾਹਰ ਕਿਉਂਕਿ ਉਹਦੇ ਨਾਲ ਸਕੂਲ ਦਾ ਨਾਮ ਉੱਚਾ ਹੋਣਾ ਹੌਸਪੀਟਲਾਂ 'ਚ ਕਿੰਨੀ ਮੌਤ ਹੁੰਦੀ ਆ ਜਿਹਦੀ ਮੌਤ ਹੁੰਦੀ ਉਹਨੂੰ ਦਬਦਬਾ ਵੀ ਕੱਢ ਦਿੰਦੇ ਆ ਵੀ ਲੈ ਜਾਓ ਤੁਸੀਂ ਇਹਨੂੰ ਰੌਲਾ ਨਾ ਪੈ ਜਾਏ ਕਿਤੇ ਜਿਹੜੇ ਠੀਕ ਹੁੰਦੇ ਆ ਫਿਰ ਉਹਨਾਂ ਨਾਲ ਡਾਕਟਰਾਂ ਫੋਟੋਆਂ ਲਾਉਂਦੇ ਵੀ ਇਹਨੂੰ ਇਹਦਾ ਬਾਈਪਾਸ ਸਰਜਰੀ ਅਸੀਂ ਕੀਤੀ ਅਤੇ ਬਾਈਪਾਸ ਸਰਜਰੀ ਕਰਦਾ ਕਿੰਨੇ ਫੁੜਕ ਗਏ ਇਹ ਕਿਸੇ ਨੇ ਫੋਟੋ ਨਹੀਂ ਪਾਉਣੀ ਵੀ ਇਹ ਸਾਡੇ ਕੋਲੋਂ ਓਪਰੇਸ਼ਨ ਵੀ ਗਲਤ ਹੋ ਗਿਆ ਕਿਤੇ ਕੈਂਚੀ ਵਿੱਚੇ ਰਹਿ ਗਈ ਸਾਡੇ ਕੋਲੋਂ ਇਹ ਕਿਸੇ ਨੇ ਨਹੀਂ ਪਾਉਣੀ ਜੇ ਬਾਕੀ ਸਾਰਿਆਂ ਕੰਮਾਂ ਦੇ ਵਿੱਚ ਅਸੀਂ ਕਾਮਯਾਬੀ ਦੇ ਨਾਲ ਆਪਣੇ ਆਪ ਨੂੰ ਜੋੜਦੇ ਹਾਂ ਤੁਸੀਂ ਆਪਣੇ ਬੱਚੇ ਨੂੰ ਬਿਜ਼ਨਸਮੈਨ ਬਣਾਉਣਾ ਅਤੇ ਜਿਹੜਾ ਕਾਮਯਾਬ ਬੰਦਾ ਹੋਏਗਾ ਨਾ ਉਹਦੀ ਇਗਜ਼ੈਂਪਲ ਦੇ ਕੇ ਸਮਝਾਓਗੇ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ ਹਮੇਸ਼ਾ ਬੰਦਾ ਨਖਿੱਧ ਤੋਂ ਨਖਿੱਧ ਬੰਦੇ ਦਾ ਨਾਂ ਲਊਗਾ ਉਹਨੇ ਵੀ ਤਾਂ ਛਕਿਆ ਸੀ ਜੇ ਮੈਂ ਛਾ ਕੇ ਕੀ ਕਰ ਲੂੰਗਾ ਭਲਾ ਤੂੰ ਨਾਂ ਲੈ ਹੈ ਕਿਸੇ ਕਾਮਯਾਬ ਬੰਦੇ ਦਾ ਵੀ ਜਿਹਨੇ ਜ਼ਿੰਦਗੀ 'ਚ ਚੰਗੇ ਕੰਮ ਕੀਤੇ ਜੇ ਬਾਕੀ ਕੰਮਾਂ 'ਚ ਤੁਸੀਂ ਕਾਮਯਾਬ ਇਨਸਾਨਾਂ ਦੇ ਨਾਮ ਲੈਂਦੇ ਹੋ ਤਾਂ ਧਰਮ ਦੇ ਨਾਂ 'ਤੇ ਗੁਰੂ ਦੇ ਨਾਂ 'ਤੇ ਤੁਸੀਂ ਮਾੜਿਆਂ ਬੰਦਿਆਂ ਦਾ ਨਾਮ ਕਿਉਂ ਲੈਂਦੇ ਹੋ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਤਾਂ ਅਰਦਾਸ ਕਰਦਾ ਮੇਰਾ ਮਨ ਰੂਪੀ ਬਲਦ ਬੜਾ ਕਮਜ਼ੋਰ ਹੈ ਅਤੇ ਰਸਤਾ ਪਹਾੜੀ ਹੈ ਘੱਟ ਆਵ ਘੱਟ ਡੂੰਗਰ ਘਣਾ ਸਾਰੇ ਬੋਲੋ ਘੱਟ ਆਵ ਘੱਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਮੇਰਾ ਜਿਹੜਾ ਬਲਦ ਹੈ ਉਹਦੇ 'ਚ ਗੁਣ ਕੋਈ ਨਹੀਂ ਹੈਗਾ ਰਸਤਾ ਬੜਾ ਪਹਾੜੀ ਆ ਅਤੇ ਮੈਂ ਇਸ ਕਰਕੇ ਅਰਦਾਸ ਕਰਦਾ ਵੀ ਕੋਵਣ ਯਾਰੋ ਰਾਮ ਕੋ ਜਿਵੇਂ ਆਪਾਂ ਨੇ ਕਿਹਾ ਵੀ ਕਿਸੇ ਦੀ ਗੱਡੀ ਮਾੜੀ ਹੋਵੇ ਟਾਇਰ ਮਾੜੇ ਹੋਣ ਇੰਜਨ 'ਚ ਪ੍ਰੋਬਲਮ ਹੋਵੇ ਉਹ ਕਹਿੰਦਾ ਨਾਲ ਨਾਲ ਰਲਾਈ ਜਾਇਓ ਜੇ ਰਸਤੇ 'ਚ ਮੁਸ਼ਕਿਲ ਆਈ ਮੈਂ ਤੁਹਾਡੇ ਕੋਲੋਂ ਮਦਦ ਮੰਗ ਲੂੰ ਕਹਿੰਦੇ ਮੈਂ ਤਾਂ ਅਰਦਾਸ ਕਰਦਾ ਵਾਂ ਵੀ ਜੇ ਮੇਰਾ ਮਨ ਰੂਪੀ ਬਲਦ ਕਿਤੇ ਮਾੜਾ ਮੋਟ ਕਮਜ਼ੋਰ ਅਸੰਗਤ ਕਿਉਂ ਕਰਦੇ ਭਲਾ ਆਪਾਂ ਵੀ ਕਿਤੇ ਮਾੜਾ ਮੋਟਾ ਮੇਰਾ ਬੈਲ ਕਮਜ਼ੋਰ ਹੋਊਗਾ ਉਸਦਾ ਤੇਰੇ ਵੱਲ ਵੇਖ ਕੇ ਇਹ ਤਾਕਤਵਰ ਆ ਜਾਏ ਇਹ ਤਕੜਾ ਹੋ ਜਾਏ ਸਹੀ ਪਿਆਰੇ ਮਿਲ ਜਿੰਨਾ ਮਿਲਿਆ ਤੇਰਾ ਅਸੀਂ ਤਾਂ ਕਹਿੰਦੇ ਹਾਂ ਵੀ ਮੈਨੂੰ ਉਹ ਮਿਲਾਇਓ ਜਿਨ੍ਹਾਂ ਦੇ ਕੋਲ ਬੈਠੇ ਹਾਂ ਮੈਨੂੰ ਤੁਸੀਂ ਚੇਤੇ ਆ ਜਾਓ ਕਿਉਂਕਿ ਤੁਰਦੇ ਕੋ ਤੁਰਦਾ ਮਿਲੇ ਤੁਰਦੇ ਨੂੰ ਹੀ ਤੁਰਦਾ ਮਿਲਦਾ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਪੀਣ ਵਾਲੇ ਲੱਭ ਲੈਂਦੇ ਆ ਨਾ ਤੁਹਾਡਾ ਕੋਈ ਰਿਸ਼ਤੇਦਾਰ ਆਇਆ ਹੋਵੇ ਤੁਸੀਂ ਨਸ਼ਾ ਨਾ ਕਰਦੇ ਹੋ ਉਹ ਕਰਦਾ ਹੋਵੇ ਉਹ ਤੁਹਾਡੇ ਪਿੰਡ 'ਚੋਂ ਆਣ ਕੇ ਲੱਭ ਲਓ ਕਿੱਥੋਂ ਮਿਲਦਾ